ਸੰਸਾਰ ਕੇ ਕਾਰਜ ਆਪ ਰਖ ਲੋ ਆ ਸੰਸਾਰ ਕੇ ਕਾਰਜ ਹਰ ਕੰਮ ਕਰਾਵਣ ਆਇਆ ਰਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਬੀਰ ਮਨ ਜਾਣੇ ਸਭ ਬਾਤ ਜਨਤ ਹੀ ਔਗਨ ਕਰੇ ਇੱਕ ਕਾਂਗੜ ਨਗਰ ਦਾ ਨੰਬਰਦਾਰ ਬਾਬਾ ਜੀ ਦਾ ਸੇਵਕ ਸੀ ਆਉਂਦਾ ਅਤੇ ਸੇਵਾ ਵੀ ਕਰਦਾ ਕਦੇ-ਕਦੇ ਆਗਾ ਲੈ ਕੇ ਆਪਣੇ ਘਰ ਚੱਲਿਆ ਜਾਂਦਾ ਸੀ ਇੱਕ ਵਾਰ ਬਾਬਾ ਜੀ ਵਾਸਤੇ ਦੁੱਧ ਲੈ ਕੇ ਆ ਰਿਹਾ ਸੀ ਰਸਤੇ ਵਿੱਚ ਇਸ ਦਾ ਇੱਕ ਮਿੱਤਰ ਮਿਲਿਆ ਪੁੱਛਿਆ ਨੰਬਰਦਾਰਾ ਕਿੱਥੇ ਜਾ ਰਿਹਾ ਹੈ ਤੇਰੇ ਸਿਰ ਤੇ ਕੀ ਚੁੱਕਿਆ ਹੈ ਤਾਂ ਨੰਬਰਦਾਰ ਨੇ ਕਿਹਾ ਪੁੱਛੋ ਬਾਬਾ ਜੀ ਦੇ ਦਰਸ਼ਨ ਕਰਨ ਜਾ ਰਿਹਾ ਹਾਂ ਅਤੇ ਮੇਰੇ ਸਿਰ ਉੱਤੇ ਦੁੱਧ ਹੈ ਉੱਥੇ ਲੈ ਕੇ ਜਾ ਰਿਹਾ ਹਾਂ ਉਸ ਨੂੰ ਨੰਬਰਦਾਰ ਨੇ ਪੁੱਛਿਆ ਤੂੰ ਕਿੱਥੇ ਜਾ ਰਿਹਾ ਹੈ ਅਤੇ ਤੇਰੇ ਡੱਬ ਵਿੱਚ ਕੀ ਹੈ ਉਸਨੇ ਦੱਸਿਆ ਮੇਰੀ ਡੱਬ ਵਿੱਚ ਸ਼ਰਾਬ ਦੀ ਬੋਤਲ ਹੈ ਅੱਗੋਂ ਨੰਬਰਦਾਰ ਨੇ ਕਿਹਾ ਬਾਈ ਉੱਥੇ ਸ਼ਰਾਬ ਵਾਲਾ ਬੰਦਾ ਨਹੀਂ ਜਾ ਸਕਦਾ ਤੂੰ ਸ਼ਰਾਬ ਬਾਹਰ ਹੀ ਰੱਖ ਕੇ ਮੇਰੇ ਨਾਲ ਅੱਗੇ ਅੰਦਰ ਜਾਈ ਅਤੇ ਹੁਣ ਤੂੰ ਪੀਵੀਂ ਵੀ ਨਾ ਉਸ ਨੇ ਕਿਹਾ ਕਿ ਨਹੀਂ ਪੀਂਦਾ ਇਹ ਬਾਹਰ ਹੀ ਰੱਖ ਕੇ ਜਾਵਾਂਗਾ ਬਾਬਾ ਜੀ ਦੇ ਅਸਥਾਨ ਦੇ ਨੇੜੇ ਆ ਕੇ ਉਸ ਨੇ ਬਾਹਰ ਰੱਖਣ ਦੇ ਬਹਾਨੇ ਇੱਕ ਪਾਸੇ ਜਾ ਕੇ ਪਰੰਤੂ ਬੋਤਲ ਅੱਗੇ ਵਾਂਗੂ ਡੱਬ ਵਿੱਚ ਹੀ ਰੱਖੀ ਤੇ ਅੰਦਰ ਨਾਲ ਹੀ ਲੰਘ ਗਿਆ ਜਾ ਕੇ ਨਮਸਕਾਰ ਕਰਕੇ ਨੰਬਰਦਾਰ ਦੇ ਨਾਲ ਹੀ ਬੈਠ ਗਿਆ ਹਜ਼ੂਰ ਨੇ ਬਚਨ ਕੀਤਾ ਨੰਬਰਦਾਰਾ ਤੇਰੇ ਸਾਥੀ ਨੇ ਤੇਰੇ ਨਾਲ ਝੂਠਾ ਬਚਨ ਕੀਤਾ ਹੈ ਨੰਬਰਦਾਰ ਨੇ ਪੁੱਛਿਆ ਮਹਾਰਾਜ ਕਿਵੇਂ ਅੱਗੋਂ ਹਜ਼ੂਰ ਨੇ ਬਚਨ ਕੀਤਾ ਇਹ ਸ਼ਰਾਬ ਦੀ ਬੋਤਲ ਅੰਦਰ ਨਾਲ ਲੈ ਕੇ ਆਇਆ ਹੈ ਨੰਬਰਦਾਰ ਨੇ ਪੁੱਛਿਆ ਤੇ ਉਹ ਮੁਕਰ ਗਿਆ ਕਹਿਣ ਲੱਗਾ ਜੀ ਮੇਰੇ ਕੋਲ ਦੋ ਬੋਤਲਾਂ ਸਨ ਇੱਕ ਸ਼ਰਾਬ ਵਾਲੀ ਦੂਜੀ ਪਾਣੀ ਵਾਲੀ ਸ਼ਰਾਬ ਵਾਲੀ ਤਾਂ ਮੈਂ ਬਾਹਰ ਰੱਖ ਆਇਆ ਹਾਂ ਇਹ ਤਾਂ ਪਾਣੀ ਵਾਲੀ ਬੋਤਲ ਹੈ ਹਜ਼ੂਰ ਨੇ ਵਚਨ ਕੀਤਾ ਅੱਛਾ ਫਿਰ ਪਾਣੀ ਵਾਲੀ ਹੀ ਹੋਏਗੀ ਉਪਰੰਤ ਨੰਬਰਦਾਰ ਨਾਲ ਬਾਬਾ ਜੀ ਵਚਨ ਕਰਦੇ ਰਹੇ ਫੇਰ ਨੰਬਰਦਾਰ ਨੇ ਆਗਿਆ ਮੰਗੀ ਆਗਿਆ ਮਿਲ ਗਈ ਦੋਵੇਂ ਬਾਹਰ ਆਏ ਪਿੱਛੇ ਪਿੰਡ ਨੂੰ ਚੱਲ ਪਏ ਕੁਝ ਦੂਰ ਰਸਤੇ ਵਿੱਚ ਨਾਲ ਦੇ ਸਾਥੀ ਨੇ ਕਿਹਾ ਨੰਬਰਦਾਰਾ ਤੇਰੇ ਸੰਤਾਂ ਵਿੱਚ ਕੋਈ ਤਾਕਤ ਨਹੀਂ ਨੰਬਰਦਾਰ ਨੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗਾ ਤਾਂ ਉਸਨੇ ਸ਼ਰਾਬ ਵਾਲੀ ਸਾਰੀ ਗੱਲ ਦੱਸੀ ਤੇ ਕਿਹਾ ਮੇਰੀ ਡੱਬ ਵਿੱਚ ਸ਼ਰਾਬ ਦੀ ਬੋਤਲ ਸੀ ਮੈਂ ਸੰਤਾਂ ਦੇ ਪੁੱਛਣ ਉੱਤੇ ਕਿਹਾ ਕਿ ਮੇਰੇ ਕੋਲ ਪਾਣੀ ਵਾਲੀ ਬੋਤਲ ਹੈ ਤੇ ਉਹ ਮੰਨ ਗਏ ਜੇ ਸੰਤਾਂ ਕੋਲ ਤਾਕਤ ਹੁੰਦੀ ਤਾਂ ਉਹ ਸ਼ਰਾਬ ਦੀ ਬੋਤਲ ਡੱਬ ਵਿੱਚੋਂ ਕਢਾ ਕੇ ਮੈਨੂੰ ਝੂਠਾ ਕਰ ਦਿੰਦੇ ਇਉਂ ਕਹਿ ਕੇ ਉਸਨੇ ਡੱਬ ਵਿੱਚੋਂ ਸ਼ਰਾਬ ਕੱਢੀ ਤੇ ਵੇਖ ਕੇ ਹੈਰਾਨ ਹੋ ਗਿਆ ਰੰਗ ਪਾਣੀ ਵਰਗਾ ਸੀ ਜਦੋਂ ਢੱਕਣ ਖੋਲ੍ਹਿਆ ਸੱਚਮੁੱਚ ਪਾਣੀ ਹੀ ਨਿਕਲਿਆ ਹੈਰਾਨ ਹੋ ਕੇ ਕਹਿਣ ਲੱਗਾ ਨੰਬਰਦਾਰਾ ਮੈਨੂੰ ਬਖਸ਼ਾ ਕੇ ਲਿਆ ਮੈਂ ਬੜਾ ਪਾਪੀ ਹਾਂ ਮੈਂ ਉਹਨਾਂ ਦੇ ਸਾਹਮਣੇ ਝੂਠ ਬੋਲਿਆ ਫੇਰ ਬਾਹਰ ਆ ਕੇ ਉਹਨਾਂ ਤੇ ਸ਼ੰਕਾ ਕੀਤੀ ਉਪਰੰਤ ਨੰਬਰਦਾਰ ਨੇ ਕਿਹਾ ਕਿ ਅੱਜ ਆਪਾਂ ਤੁਰਦੇ ਤੁਰਦੇ ਦੂਰ ਆ ਚੁੱਕੇ ਹਾਂ ਨਾਲੇ ਇੱਕ ਕੰਮ ਮੇਰਾ ਵੀ ਜ਼ਰੂਰੀ ਹੈ ਮੈਂ ਅੱਗੇ ਪਹੁੰਚਣਾ ਹੈ ਨੰਬਰਦਾਰ ਆਪਣੇ ਕੰਮ ਅੱਗੇ ਚਲਾ ਗਿਆ ਪਰ ਉਹ ਵੀ ਨਾਲ ਰਿਹਾ ਬਾਰ ਬਾਰ ਬਾਬਾ ਜੀ ਕੋਲ ਲੈ ਜਾ ਕੇ ਬਖਸ਼ਾਉਣ ਵਾਸਤੇ ਤਰਲੇ ਕਰਦਾ ਰਿਹਾ ਇੱਕ ਦਿਨ ਨੰਬਰਦਾਰ ਨੇ ਆਪਣੇ ਨਾਲ ਲੈ ਕੇ ਪੁੱਛੋ ਆਉਣ ਦਾ ਵਿਚਾਰ ਬਣਾ ਹੀ ਲਿਆ ਆਪਣੇ ਨਿਯਮ ਅਨਸਾਰ ਘਰੋਂ ਦੁੱਧ ਲੈ ਕੇ ਬਰਤਨ ਵਿੱਚ ਪਾ ਕੇ ਸਿਰ ਤੇ ਚੁੱਕ ਕੇ ਆਪਣੇ ਸਾਥੀ ਨੂੰ ਨਾਲ ਲੈ ਕੇ ਕਾਂਗੜ ਤੋਂ ਚੱਲ ਕੇ ਪੁੱਚੋ ਪਹੁੰਚ ਗਏ ਦੋਹਾਂ ਨੇ ਨਮਸਕਾਰ ਕੀਤੀ ਉਸ ਸ਼ਰਾਬ ਵਾਲੇ ਨੇ ਹੱਥ ਜੋੜ ਕੇ ਆਪਣੀ ਗਲਤੀ ਦੀ ਖਿਮਾ ਮੰਗੀ ਅੱਗੋਂ ਬਾਬਾ ਜੀ ਨੇ ਭਜਨ ਕੀਤਾ ਤੈਨੂੰ ਕੋਈ ਕੰਮ ਦਸੀਏ ਤੇ ਕਰੇਗਾ ਉਸਨੇ ਬੇਨਤੀ ਕੀਤੀ ਜੀ ਹਜ਼ੂਰ ਕਰਾਂਗਾ ਹੁਕਮ ਕਰੋ ਤਾਂ ਹੁਕਮ ਹੋਇਆ ਤੂੰ 101 ਮਾਲਾ ਪਹਿਲੀ ਪੌੜੀ ਦੀਆਂ ਫੇਰਨੀਆਂ ਹਨ ਉਸਨੇ ਕਿਹਾ ਜੀ ਆਪ ਜੀ ਦੱਸੋ ਕਿਵੇਂ ਫੇਰਨੀਆਂ ਹਨ ਹਜ਼ੂਰ ਨੇ ਮਾਲਾ ਆਪਣੇ ਹੱਥ ਵਿੱਚ ਲੈ ਕੇ ਮੁੱਖ ਤੋਂ ਪਹਿਲੀ ਪੌੜੀ ਪੜ੍ਹ ਕੇ ਸੁਣਾਈ ਤੇ ਵਚਨ ਕੀਤਾ ਇੰਜ ਕਰਨੀਆਂ ਹਨ ਨਾਲ ਹੁਕਮ ਕੀਤਾ ਅੱਗੇ ਤੋਂ ਸ਼ਰਾਬ ਨਹੀਂ ਪੀਣੀ మాਸ ਨਹੀਂ ਖਾਣਾ ਹੋਰ ਜਿਹੜੀਆਂ ਗੁਪਤ ਤੇ ਗਲਤ ਗੱਲਾਂ ਉਸ ਦੇ ਮਨ ਵਿੱਚ ਬਸੀਆਂ ਸਨ ਅਤੇ ਕਰਦਾ ਸੀ ਸਭ ਜ਼ਾਹਰ ਤੌਰ ਤੇ ਦੱਸ ਕੇ ਹੁਕਮ ਕੀਤਾ ਅੱਗੇ ਤੂੰ ਇਹ ਸਾਰੀਆਂ ਬੰਦ ਕਰ ਦੇ ਅਤੇ ਫੇਰ ਹੁਕਮ ਕੀਤਾ ਬਾਲਿਆ ਇਸ ਦੀ ਸਾਰੀ ਸਰਾ ਕਰਵਾ ਕੇ ਸਾਡੇ ਸਾਹਮਣੇ ਹਾਜ਼ਰ ਕਰੋ ਹੁਕਮ ਅਨੁਸਾਰ ਸਰਾ ਕਰਵਾ ਕੇ ਹਜ਼ੂਰੀ ਬਿਠਾ ਕੇ ਹੱਥ ਵਿੱਚ ਮਾਲਾ ਫੜਾ ਕੇ ਸਿਰ ਤੇ ਹੱਥ ਰੱਖ ਕੇ ਪਹਿਲੀ ਪਉੜੀ ਦਾ ਜਾਪ ਕਰਵਾ ਕੇ ਕਾਰ ਹੁਕਮ ਅਸਤ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ ਦੇ ਬਚਨ ਅਨੁਸਾਰ ਹੁਕਮ ਕੀਤਾ ਸ਼ੁੱਧ ਹੈ ਤੇਰੇ ਸਾਰੇ ਗੁਨਾਹ ਬਖਸ਼ੇ ਇਹ ਪ੍ਰਸੰਗ ਕਾਂਗੜ ਵਾਲੇ ਨੰਬਰਦਾਰ ਹਰदयाल ਸਿੰਘ ਤੋਂ ਸੁਣਿਆ ਜਿਸੇ ਦਿਖਾਲੇ ਮਹਿਲ ਤੇਸ ਨਾ ਮਿਲੇ ਧਾਕ ਇੱਕ ਬਿਰਧ ਬ੍ਰਾਹਮਣ ਹੱਥ ਵਿੱਚ ਛੋਟੀ ਫੜ ਕੇ ਬੜੀ ਮੁਸ਼ਕਲ ਨਾਲ ਤੁਰਦਾ ਤੁਰਦਾ ਪੁੱਛੋ ਪਹੁੰਚਿਆ ਪਹਿਰੇਦਾਰਾਂ ਹੀ ਆਗਿਆ ਲੈ ਕੇ ਅੰਦਰ ਆਇਆ ਨਮਸਕਾਰ ਕੀਤੀ ਸੰਤ ਸਰਿਆਂ ਸਿੰਘ ਜੀ ਮੈਣੇ ਵਾਲੇ ਪੱਖੇ ਦੀ ਸੇਵਾ ਕਰ ਰਹੇ ਸਨ ਬੀਬੀ ਜੈਕੁਰ ਹੁਕਮ ਅਨੁਸਾਰ ਸੁਖਮਨੀ ਸਾਹਿਬ ਦਾ ਪਾਠ ਸੁਣਾ ਰਹੇ ਸਨ ਮਹੀਨਾ ਪੋ ਦਾ ਸੀ ਅੰਤ ਦੀ ਸਰਦੀ ਹਜੂਰ ਦੇ ਤਨ ਉੱਤੇ ਬਸਤਰ ਵੀ ਕੋਈ ਨਹੀਂ ਬੰਗਾਲੀ ਕੁੜਤਾ ਜੋ ਕਦੇ-ਕਦੇ ਪਹਿਨਦੇ ਸਨ ਅੱਜ ਉਹ ਵੀ ਸਰੀਰ ਉੱਤੇ ਨਹੀਂ ਸੀ ਉਤੋਂ ਪੱਖਾ ਹੋ ਰਿਹਾ ਸੀ ਇਹ ਉਹਨਾਂ ਦਿਨਾਂ ਦਾ ਜ਼ਿਕਰ ਹੈ ਜਿੰਨੀ ਦਿਨੀ ਅਤ ਦੀ ਸਰਦੀ ਵਿੱਚ ਛਪੜਾਂ ਦਾ ਪਾਣੀ ਵੀ ਜੰਮ ਗਿਆ ਸੀ ਬਰਿਸ਼ਾਂ ਦੇ ਪੱਤੇ ਵੀ ਸੁੱਕ ਗਏ ਸਨ ਸਭ ਕੁਝ ਵੇਖ ਕੇ ਬ੍ਰਾਹਮਣ ਹੈਰਾਨ ਜਿਆ ਹੋ ਗਿਆ ਤੇ ਉਸ ਨੂੰ ਵੇਖ ਅਨਸਾਰ ਹੀ ਹਜੂਰ ਨੇ ਬਚਨ ਕੀਤਾ ਜਗਤ ਗੁਰੂ ਤੂੰ ਜਿਸ ਕੰਮ ਲਈ ਆਇਆ ਹੈ ਉਹ ਗੱਲ ਕਰ ਸਾਡੇ ਵੱਲ ਮਨ ਦੀਆਂ ਗਿਣਤੀਆਂ ਛੱਡ ਦੇ ਉਸ ਨੇ ਸੰਸਕ੍ਰਿਤ ਦੇ ਸ਼ਲੋਕ ਪੜੇ ਨਾਲ ਹੱਥ ਜੋੜ ਕੇ ਕੱਪੜੇ ਦੀ ਝੋਲੀ ਅੱਗੇ ਕਰਕੇ ਵਿਸ਼ਾਦ ਦਿੱਤੀ ਹਜੂਰ ਨੇ ਬਚਨ ਕੀਤਾ ਕੇਸਰਾ ਇਸ ਨੂੰ ਕੀ ਕਹੀਏ ਇਸ ਨੇ ਤਾਂ ਝੋਲੀ ਵਿਸ਼ਾਦ ਦਿੱਤੀ ਹੈ ਕੇਸਰ ਸਿੰਘ ਨੇ ਬਚਨ ਕੀਤਾ ਮਹਾਰਾਜ ਦੇ ਦਿਓ ਜੋ ਕੁਝ ਮੰਗਦਾ ਹੈ ਵਿਚਾਰੇ ਦੀ ਪਟਕਣ ਮੁੱਕ ਜਾਵੇ ਬੜੀ ਮੁਸ਼ਕਲ ਨਾਲ ਦੂਰ ਤੋਂ ਚੱਲ ਕੇ ਆਇਆ ਹੈ ਤੇ ਰੋ ਵੀ ਰਿਹਾ ਹੈ ਬਾਬਾ ਜੀ ਨੇ ਬਚਨ ਕੀਤਾ ਕੇਸਰਾ ਰੋਂਦਾ ਤਾਂ ਕਈ ਸਾਲਾਂ ਤੋਂ ਫੇਰ ਰਿਹਾ ਹੈ ਕੇਸਰ ਸਿੰਘ ਨੇ ਕਿਹਾ ਮਹਾਰਾਜ ਮਿਹਰ ਕਰੋ ਰੋਂਦਿਆਂ ਨੂੰ ਹਸਾਉਣਾ ਵੀ ਆਪ ਜੀ ਦੇ ਹੱਥ ਹੈ ਅੱਗੇ ਕੋਈ ਖਾਲੀ ਨਹੀਂ ਮੁੜਿਆ ਇਸ ਨੂੰ ਵੀ ਖਾਲੀ ਨਹੀਂ ਮੋੜਨਾ ਬਾਬਾ ਜੀ ਨੇ ਬਚਨ ਕੀਤਾ ਪਾਠ ਦਾ ਭੋਗ ਪੈ ਜਾਵੇ ਫੇਰ ਗੱਲ ਕਰਾਂਗੇ ਪਾਠ ਦੀ ਸਮਾਪਤੀ ਉਪਰੰਤ ਉਸ ਨੂੰ ਕੋਲ ਸੱਦ ਕੇ ਹੁਕਮ ਕੀਤਾ ਆਪਣੀ ਸਾਧਨਾ ਦਾ ਜਿਵੇਂ ਜਿਵੇਂ ਬਿਰਤਾਂਤ ਹੋਇਆ ਹੈ ਸੁਣਾਉ ਹੁਕਮ ਅਨੁਸਾਰ ਉਸ ਬ੍ਰਾਹਮਣ ਨੇ ਸਾਰੀ ਵਿਆਖਿਆ ਸੁਣਾਈ ਜੀ 12 ਸਾਲ ਮੈਂ ਫਲ ਫੁੱਲ ਖਾ ਕੇ ਜੰਗਲ ਵਿੱਚ ਤਪੱਸਿਆ ਕੀਤੀ ਉਸ ਤੋਂ ਬਾਅਦ ਆਪਣੇ ਗੁਰੂ ਦੇ ਹੁਕਮ ਅਨੁਸਾਰ ਤੀਰਥ ਯਾਤਰਾ ਕੀਤੀ ਵਰਤ ਰਖੇ ਕਦੇ ਕਦੇ ਕੋਈ ਪ੍ਰਕਾਸ਼ ਦੀ ਝਲਕ ਜਿਹੀ ਵੱਜਦੀ ਹੈ ਉਸ ਵੇਲੇ ਮਿਰਤੀ ਨੂੰ ਇਉਂ ਮਾਲੂਮ ਹੁੰਦਾ ਹੈ ਜਿਵੇਂ ਪਿੱਛੇ ਨੂੰ ਕੋਈ ਛੁੱਟ ਦਿੰਦਾ ਹੋਵੇ ਫਿਰ ਸਰੀਰ ਨੂੰ ਥਕਾਵਟ ਨਿਰਬਲਤਾ ਜਿਹੀ ਹੋ ਜਾਂਦੀ ਹੈ ਕਈ ਕਈ ਦਿਨ ਉਦਰੇਵਾ ਜਿਹੜਾ ਰਹਿੰਦਾ ਹੈ ਉਸ ਸਮੇਂ ਮਰਿਆ ਨਹੀਂ ਜਾਂਦਾ ਕਈ ਵਾਰ ਚਿਤ ਕਰਦਾ ਹੈ ਮਰ ਹੀ ਜਾਵਾਂ ਫੇਰ ਚਾਉਂਦਿਆਂ ਤੋਂ ਵੀ ਮੌਤ ਨਹੀਂ ਆਉਂਦੀ ਮਰ ਨਹੀਂ ਸਕਦਾ ਬੜੀ ਤਰਸਯੋਗ ਹਾਲਤ ਹੈ ਮੇਰੀ ਬੇਕਸ ਹੂੰ ਬੇਨਵਾ ਹੂੰ ਮੇਰਾ ਮਾਜਰਾ ਅਜੀਬ ਮਿਲਦਾ ਨਹੀਂ ਹੈ ਕੋਈ ਮੇਰੇ ਦਰਦ ਦਾ ਤਬੀਬ ਦਰਵਾਜਾ ਤੇਰਾ ਛੋੜ ਕਹਾਂ ਜਾਏ ਜਹ ਗਰੀਬ ਹੁਣ ਮੈਂ ਕਿਤੇ ਜਾਣ ਜੋਗਾ ਨਹੀਂ ਰਿਆ ਆਪ ਜੀ ਅੱਗੇ ਗੁਰੂ ਨਾਨਕ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਹਾਂ ਤਰਸ ਕਰੋ ਦੀਨਾ ਨਾਥ ਬੇਨਤੀ ਸੁਣ ਕੇ ਵਚਨ ਕੀਤਾ ਵਈ ਕੇਸਰਾ ਮਿਹਨਤਾਂ ਬੜੀ ਕੀਤੀ ਹੈ ਚਲੋ ਆਪਣਾ ਅਖੀਰਲਾ ਸਮਾਂ ਹੈ ਕੁਝ ਦੇ ਦੇਂਦੇ ਹਾਂ ਬਾਲਿਆ ਇਸ ਦਾ ਪਹਿਲਾਂ ਇਸ਼ਨਾਨ ਕਰਾਓ ਫਿਰ ਸ਼ਰ੍ਹਾ ਕਰਾ ਕੇ ਸਾਡੇ ਸਾਹਮਣੇ ਬਿਠਾਓ ਹੁਕਮ ਅਨੁਸਾਰ ਸਭ ਕੁਝ ਕਰਾ ਕੇ ਲਿਆ ਚਰਣਾ ਵਿੱਚ ਬਿਠਾਇਆ ਤੇ ਬੇਨਤੀ ਕਰ ਦਿੱਤੀ ਮਹਾਰਾਜ ਉਹ ਬ੍ਰਾਹਮਣ ਹਾਜ਼ਰ ਹੈ ਹਜ਼ੂਰ ਨੇ ਬਚਨ ਕੀਤਾ ਪੰਡਤ ਜੀ ਆਪਣੀ ਬਾਹ ਸਾਨੂੰ ਫੜਾ ਦਿਓ ਉਸ ਨੇ ਬਾਹ ਅੱਗੇ ਕਰਕੇ ਕਿਹਾ ਲਓ ਮਹਾਰਾਜ ਬਾਹ ਫੜ ਲਵੋ ਫੜ ਕੇ ਬਚਨ ਕੀਤਾ ਸਾਡੇ ਵੱਲ ਉੱਤੇ ਨੂੰ ਵੇਖ ਉਸ ਨੇ ਉੱਪਰ ਵੇਖ ਕੇ ਇੰਉਂ ਅੱਖਾਂ ਬੰਦ ਕਰ ਲਈਆਂ ਜਿਵੇਂ ਸੂਰਜ ਵੱਲ ਵੇਖ ਕੇ ਸਿਰ ਚੱਕਰਾ ਜਾਂਦਾ ਹੈ ਇੱਕ ਵਾਰ ਨੀਵੀਂ ਪਾ ਲਈ ਕਿ ਜਿਤਨਾ ਸਮਾਂ ਹਜੂਰ ਨੇ ਹੱਥ ਫੜੀ ਰੱਖਿਆ ਉਸ ਨੇ ਧੌਣ ਨੀਵੀਂ ਕਰੀ ਰੱਖੀ ਬਾਬਾ ਜੀ ਨੇ ਉਸ ਦੀ ਬਾਹ ਛੱਡ ਕੇ ਬਚਨ ਕੀਤਾ ਬਾਲਿਆ ਇਸ ਨੂੰ ਫੜ ਕੇ ਸਾਡੇ ਸਾਹਮਣੇ ਕੋਠੀ ਦੇ ਬਰਾਂਡੇ ਵਿੱਚ ਬਿਠਾ ਦੇ ਹੁਕਮ ਅਨਸਾਰ ਸੰਤ ਨਾਰਾਇਣ ਸਿੰਘ ਜੀ ਨੇ ਕੋਠੀ ਦੇ ਬਰਾਂਡੇ ਵਿੱਚ ਬਿਠਾ ਦਿੱਤਾ ਇੱਕ ਦਿਨ ਤੇ ਇੱਕ ਰਾਤ ਇਸੇ ਤਰ੍ਹਾਂ ਹੀ ਬਤਾ ਦਿੱਤੀ ਨਾ ਉਹ ਉઠਿਆ ਨਾ ਕਿਸੇ ਨੇ ਬਾਬਾ ਜੀ ਦੇ ਹੁਕਮ ਬਗੈਰ ਉਠਾਇਆ ਫੇਰ ਹੁਕਮ ਕੀਤਾ ਡਰੋਲੀ ਵਾਲੀ ਬੀਬੀ ਜੈਕੌਰ ਨੂੰ ਕਹੋ ਇਸ ਨੂੰ ਪ੍ਰਸ਼ਾਦ ਲਿਆ ਕੇ ਛਕਾਵੇ ਇਸ ਨੂੰ ਪ੍ਰਸ਼ਾਦ ਛਕਾਉਣ ਵੇਲੇ ਓਮ ਸੋਹੰ ਅਵਾਜ਼ ਦੇਣੀ ਤਾਂ ਇਹ ਬੋਲ ਕੇ ਪ੍ਰਸ਼ਾਦ ਛਕਾਇਆ ਹੱਥ ਸੁਚੇ ਕਰਾ ਕੇ ਹਜ਼ੂਰੀ ਵਿੱਚ ਬੁਲਾ ਕੇ ਬਚਨ ਕੀਤਾ ਜਗਤ ਗੁਰੂ ਓਮ ਸੋਹੰ ਤੂੰ ਅੱਗੇ ਵੀ ਜਪਦਾ ਸੀ ਤੇ ਹੁਣ ਵੀ ਜਪਦਾ ਹੈ ਕੀ ਫਰਕ ਹੈ ਉਸ ਨੇ ਬੇਨਤੀ ਦੇ ਰੂਪ ਵਿੱਚ ਹੱਥ ਜੋੜ ਕੇ ਕਿਹਾ ਤੇਰੀਆਂ ਰਮਜਾਂ ਤੂੰ ਜਾਣੇ ਮੇਰੇ ਭਗਵਾਨ ਓ ਔ ਸੋਹੰ ਜਪਉਣ ਵਾਲਾ ਤੂੰ ਹੀ ਹੈ ਜਗਤ ਗੁਰੂ ਵੀ ਤੂੰ ਹੀ ਹੈ ਮੈਂ ਨਹੀਂ ਮੈਂ ਨਹੀਂ ਪ੍ਰਭ ਸਭ ਕਿਛ ਤੇਰਾ ਤਾਂ ਹੁਗਮ ਕੀਤਾ ਜਾਓ ਤੁਸੀਂ ਹੁਣ ਫੇਰ ਤੁਰ ਕੇ ਵਿਚਰੋ ਫੇਰ ਪੁੱਛਿਆ ਜਿਵੇਂ ਅੱਗੇ ਤੇਰੀ ਬਿਰਤੀ ਟੁੱਟਦੀ ਸੀ ਹੁਣ ਤਾਂ ਨਹੀਂ ਟੁੱਟਦੀ ਉਸ ਨੇ ਦੱਸਿਆ ਨਹੀਂ ਮਹਾਰਾਜ ਹੋਣ ਤਾਂ ਇੱਕ ਰਸ ਹੈ ਨਾਮ ਸਿਮਰਨ ਸਰਬਮੈ ਭਗਤ ਲਿਵਤਾਰ ਤੁਹਾਡੀ ਕਿਰਪਾ ਹੈ ਵਜਨ ਕੀਤਾ ਜੇ ਕੋਈ ਤੈਨੂੰ ਗੁਰੂ ਦਾ ਨਾਮ ਪੁੱਛੇ ਤੂੰ ਸਾਡਾ ਨਾਮ ਨਹੀਂ ਲੈਣਾ ਪਹਿਲੇ ਗੁਰੂ ਦਾ ਨਾਮ ਹੀ ਦੱਸਣਾ ਇਹ ਸਾਡਾ ਹੁਕਮ ਹੈ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇਹ ਹਨ ਵਡਿਆਈਆਂ ਬਾਬਾ ਮਹਾ ਹਰਨਾਮ ਸਿੰਘ ਜੀ ਦੀਆਂ ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਮਿਲਿਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ